ਮੈਂ ਆਪਣਾ ਤ੍ਰਿਫਲਾ ਇੱਕ ਆਪਣਾ ਹੈਗਾ ਆਪਣਾ ਟੋਨਿਕ ਆ ਹਾਂਜੀ ਹਾਂਜੀ ਉਹਦੇ ਵਿੱਚ ਤਿੰਨ ਫਲਾਂ ਦੇ ਜਿਹੜੇ ਆਪਣਾ ਆਉਂਦੇ ਹੈਗਾ ਸਿਸਟਮ ਉਹਦੇ ਵਿੱਚ ਆਮਲਾ ਹੋ ਗਿਆ ਬਿਹੜਾ ਅਤੇ ਹਰੜ ਬਾਕੀ ਜੇ ਪਰਟੀਕੁਲਰਲੀ ਇਹਦੀ ਗੱਲ ਕਰੀਏ ਫਰੂਟ ਦੀ ਬਿਹੜਾ ਜਿਹੜਾ ਫਰੂਟ ਲੱਗਿਆ ਹੋਇਆ ਹਾਂਜੀ ਇਹਦੇ ਬਹੁਤ ਹੀ ਜ਼ਿਆਦਾ ਗੁਣਕਾਰੀ ਆ ਜਦੋਂ ਇਹ ਪੱਕਿਆ ਹੋਇਆ ਫਰੂਟ ਆ ਪੱਕੇ ਹੋਏ ਫਰੂਟ ਨੇ ਤਾਂ ਬਹੁਤ ਇੰਟਰਸਟਿੰਗ ਸੁਣਨ ਵਾਲੀ ਗੱਲ ਪੱਕਾ ਹੋਇਆ ਫਰੂਟ ਤਾਂ ਤੁਹਾਨੂੰ ਮਤਲਬ ਕਹਿੰਦਾ ਤੁਹਾਡੇ ਦਸਤ ਨੂੰ ਹੋਣ ਜਿਹੜੇ ਲੂਜ਼ ਮੋਸ਼ਨ ਨੂੰ ਰੋਕੂਗਾ ਤੁਹਾਡੀ ਡਾਇਰੀਆ ਨੂੰ ਰੋਕੂਗਾ ਤੁਹਾਡੇ ਪੇਟ ਨੂੰ ਸੈੱਟ ਕਰੂਗਾ ਜੇ ਥੋੜ੍ਹਾ ਮਾਈਕਰੋਬਲ ਸਿਸਟਮ ਹਿੱਲ ਗਿਆ ਸਿਸਟਮ ਆ ਇਹ ਅਤੇ ਗੁੜ ਨਾਲ ਜੇ ਆਪਾਂ ਲਵਾਂਗੇ ਮਹੀਨਾ ਦਾ 3 ਗ੍ਰਾਮ ਜੇ ਆਪਾਂ ਇਹ ਲੈ ਲਈਏ ਚੂਰਨ ਬਣਾ ਕੇ ਦਾ ਫਰੂਟ ਦਾ ਅਤੇ 6 ਕੁ ਗ੍ਰਾਮ ਆਪਾਂ ਗੁੜ ਲੈ ਲਈਏ ਤਾਂ ਉਹ ਜੇ ਆਪਾਂ ਲਗਾਤਾਰ ਮਹੀਨਾ ਖਾਵਾਂਗੇ ਤਾਂ ਜਿਹੜਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ ਯੂਟਿਊਬ ਚੈਨਲ ਅਤੇ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਤੰਦਰੁਸਤ ਸਮਾਜ ਅਤੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਬਿਹੜੇ ਦੇ ਦਰਖਤ ਬਾਰੇ ਅਤੇ ਸਾਡੇ ਨਾਲ ਹੋਣਗੇ ਹਰ ਵਾਰ ਦੀ ਤਰ੍ਹਾਂ ਡਾਕਟਰ ਰਜਨੀਸ਼ ਵਰਮਾ ਜੀ ਰਾਊਂਡ ਗਲਾਸ ਫਾਊਂਡੇਸ਼ਨ ਮੋਹਾਲੀ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਆਪਾਂ ਪ੍ਰੋਗਰਾਮ ਲਗਾਤਾਰ ਚੱਲਦੇ ਆ ਰਿਹਾ 4-5 ਮਹੀਨੇ ਤੋਂ ਅੱਜ ਜਿਹੜਾ ਦਰਖਤ ਦੀ ਗੱਲ ਕਰਾਂਗੇ ਬਿਹੜੇ ਦੀ ਦਰਖਤ ਗੱਲ ਕਰਾਂਗੇ ਹਾਂਜੀ ਹਾਂਜੀ ਇਹ ਦਰਖਤ ਦਾ ਸਾਇੰਟੀਫਿਕ ਨੇਮ ਟਰਮੀਨਲੀ ਬਲੈਰਿਕਾ ਇਹਦਾ ਸਾਇੰਟੀਫਿਕ ਨੇਮ ਆ ਜੀ ਜੀ ਇਹ ਬਹੁਤ ਹੀ ਵਿਸ਼ਾਲ ਦਰਖਤ ਆ ਵਿਸ਼ਾਲ ਪੱਚੜੀ ਰੁੱਖ ਆ ਇਹ ਜਿਵੇਂ ਆਪਾਂ ਹੁਣ ਪਾਰਕ 'ਚ ਪਟਿਆਲੇ ਖੜ੍ਹੇ ਹਾਂ ਹਾਂਜੀ ਤਾਂ ਇਹ ਜਿਹੜਾ ਦਰਖਤ ਹੈਗਾ ਇਹ ਬਹੁਤ ਹੀ ਉੱਚਾਈ ਤੱਕ ਮਤਲਬ ਕਹਿੰਦਾ 40 ਮੀਟਰ ਹਾਈਟ ਤੱਕ ਚਲੇ ਜਾਂਦਾ ਮਤਲਬ 100 ਫੁੱਟ ਤੋਂ ਲੈ ਕੇ 120 ਫੁੱਟ ਤੱਕ ਲੰਬੇ ਜਿਹੜੇ ਜੰਗਲ ਹੈਗੇ ਆ ਜੰਗਲਾਂ 'ਚ ਪਾਇਆ ਜਾਂਦਾ ਉੱਥੇ ਚਲਿਆ ਜਾਂਦਾ ਜੀ ਜੀ ਅਤੇ ਇੰਡੀਆ ਦਾ ਨੇਟਿਵ ਰੁੱਖ ਆ ਮਤਲਬ ਆਪਣਾ ਇੰਡੀਆ ਦਾ ਰੁੱਖ ਆ ਹਾਂਜੀ ਅਤੇ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਸੈਂਟਰਲ ਇੰਡੀਆ ਜਿਹੜਾ ਹੈਗਾ ਉੱਥੇ ਜਿਵੇਂ ਆਪਣਾ ਬਿਹਾਰ ਹੋ ਗਿਆ ਉੜੀਸਾ ਹੋ ਗਿਆ ਤਾਮਿਲਨਾਡੂ ਹੋ ਗਿਆ ਆਸਾਮ ਹੋ ਗਿਆ ਇਹਨਾਂ ਦੇ ਵਿੱਚ ਜਿਹੜੇ ਮੋਇਸਟ ਜੰਗਲ ਆ ਮੋਇਸਟ ਡੈਸੀਡਸ ਜੰਗਲ ਆ ਪੱਤਝੜੀ ਜੰਗਲ ਆ ਉਹਨਾਂ ਵਿੱਚ ਬਹੁਤ ਵੱਡੇ ਅਮਾਊਂਟ 'ਚ ਤਦਾਦ 'ਚ ਇਹ ਪਾਇਆ ਜਾਂਦਾ ਹੈਗਾ ਜੀ ਅਤੇ ਇਹਦੀ ਜਿਹੜੀ ਮਤਲਬ ਕਹਿਣ ਦਾ ਡੈਸੀਡਸ ਜਿਵੇਂ ਪੱਤਝੜੀ ਹੋਣ ਕਰਕੇ ਜਿਹੜਾ ਜਿਹੜੇ ਪੰਜਾਬ 'ਚ ਅਸੀਂ ਦੇਖਿਆ ਮਾਰਚ 'ਚ ਇਹ ਫਰਵਰੀ ਮਾਰਚ 'ਚ ਪੱਤੇ ਝਾੜ ਲੈਂਦਾ ਜੀ ਪੂਰੇ ਫੁੱਲ ਉਸ ਤੋਂ ਬਾਅਦ ਅਪ੍ਰੈਲ ਐਂਡ 'ਚ ਇਹਦੇ ਮਤਲਬ ਫਲਾਵਰ ਉਸ ਤੋਂ ਪਹਿਲਾਂ ਫਲਾਵਰ ਤੋਂ ਪਹਿਲਾਂ ਮਤਲਬ ਪੱਤੇ ਦੁਬਾਰਾ ਇਹਦਾ ਲਾਲ ਰੰਗ ਦੇ ਕ੍ਰਿਮਜ਼ਨ ਰੈੱਡ ਕਲਰ ਰੰਗ ਆ ਉਹਦੇ ਫੁੱਲ ਆਉਂਦੇ ਆ ਕੁਸੁਮ ਦੀ ਤਰ੍ਹਾਂ ਲਾਲ ਜੇ ਪੱਤੇ ਪਹਿਲਾਂ ਕਰਦਾ ਜਿਹੜੇ ਛੋਟੇ ਪੱਤੇ ਹੁੰਦੇ ਆ ਉਸ ਤੋਂ ਬਾਅਦ ਫਿਰ ਹਰੇ ਹੋ ਜਾਂਦੇ ਉਹ ਹਾਂਜੀ ਅਤੇ ਇਸ ਤਰ੍ਹਾਂ ਕਰਕੇ ਜਿਹੜਾ ਐਂਡ ਅਪ੍ਰੈਲ ਦੇ ਵਿੱਚ ਇਹਦਾ ਜਿਹੜਾ ਮਤਲਬ ਫੁੱਲ ਆਉਂਦੇ ਆ ਜਿਹੜੇ ਗ੍ਰੀਨ ਜੇ ਫੁੱਲ ਬਲਕਿ ਹਲਕੇ ਗ੍ਰੀਨ ਜੇ ਫੁੱਲ ਹੁੰਦੇ ਕ੍ਰੀਮੀ ਕਲਰ ਦੇ ਹਾਂਜੀ ਤਾਂ ਉਹ ਜਿਹੜੇ ਫੁੱਲ ਲੱਗਦੇ ਉਸ ਤੋਂ ਬਾਅਦ ਫੁੱਲ ਤੋਂ ਬਾਅਦ ਫਿਰ ਇਹਦੇ ਮਤਲਬ ਕਹਿਣ ਦਾ ਸਪਤੰਬਰ ਅਕਤੂਬਰ ਜਿਵੇਂ ਹੁਣ ਆਪਣਾ ਅਗਸਤ ਚੱਲ ਪਿਆ ਹੁਣ ਇਹਦੇ ਫਲ ਲੱਗਣੇ ਸ਼ੁਰੂ ਹੋ ਗਿਆ ਮਤਲਬ ਹਾਂਜੀ ਅਤੇ ਜਾ ਕੇ ਜਿਹੜੇ ਪੱਕਣੇ ਹੈਗੇ ਇਹ ਫਰਵਰੀ ਮਾਰਚ 'ਚ ਪੱਕਣੇ ਆ ਜਿਹੜੀ ਸਾਡੀ ਜਿਹੜੀ ਕਲੈਕਸ਼ਨ ਹੈਗੀ ਜਿਹੜੀ ਆਪਾਂ ਕਲੈਕਟ ਕਰਦੇ ਹਾਂ ਉਹਨੂੰ ਜਾ ਕੇ ਇਹ ਫਰਵਰੀ ਮਾਰਚ ਦੇ ਮਹੀਨੇ 'ਚ ਇਹ ਡਿੱਗ ਉਦੋਂ ਡਿੱਗ ਜਾਂਦੇ ਆ ਸਾਰੇ ਰੋਡ ਮਤਲਬ ਜਿੱਥੇ ਹੁਣ ਲੱਗੇ ਹੋਏ ਆ ਸਾਰੇ ਥੱਲੇ ਖਿੜ ਜਾਂਦੇ ਆ ਹਾਂਜੀ ਤਾਂ ਉੱਥੋਂ ਅਸੀਂ ਮਤਲਬ ਕਹਿੰਦੇ ਨੂੰ ਸੀਡ ਨੂੰ ਚੱਕ ਕੇ ਫਰੂਟ ਨੂੰ ਇਕੱਠਾ ਕਰ ਲੈਂਦੇ ਹਾਂ ਤਾਂ ਸਾਡੀ ਨਰਸਰੀ ਜੀ ਨੂੰ ਮਾਸ ਸਕੇਲ 'ਤੇ ਤਿਆਰ ਕੀਤਾ ਜਾ ਰਿਹਾ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜੇ ਇੱਧਰਲੀ ਗੱਲ ਕਰੀਏ ਤਾਂ ਪੰਜਾਬ ਵਿੱਚ ਇਹ ਮਤਲਬ ਕਹਿੰਦਾ ਜਿਹੜਾ ਮੈਕਸੀਮਮ ਹੈਗਾ ਕਾਲਜਾਂ ਯੂਨੀਵਰਸਿਟੀ ਵਿੱਚ ਪਾਇਆ ਜਾਂਦਾ ਹੈਗਾ ਹਾਂਜੀ ਅਤੇ ਜਿਹੜੀ ਇਹਨੂੰ ਲੋਮੀ ਸੋਇਲ ਚਾਹੀਦੀ ਇਹਨੂੰ ਗਰੋ ਹੋਣ ਵਾਸਤੇ ਮੋਇਸਟ ਲੋਮੀ ਸੋਇਲ ਹਾਂਜੀ ਕੋਈ ਜ਼ਿਆਦਾ ਇਹ ਡਰਾਈ ਏਰੀਏ 'ਚ ਨਹੀਂ ਹੁੰਦਾ ਜਿਵੇਂ ਆਪਾਂ ਇੱਧਰ ਨੂੰ ਜਾਵਾਂਗੇ ਬਠਿੰਡਾ ਮਾਨਸਾ ਇਸ ਅਸੀਂ ਦੇਖਿਆ ਵੀ ਇੱਧਰ ਘੱਟ ਹੁੰਦਾ ਇਹ ਹੋ ਜਾਂਦਾ ਉਹ ਥੋੜ੍ਹਾ ਸਲੋ ਗਰੋਇੰਗ ਆ ਜੀ ਅਤੇ ਜਿਹੜਾ ਆਪਣਾ ਇੱਧਰਲਾ ਏਰੀਆ ਹੈਗਾ ਜਿਵੇਂ ਚੰਡੀਗੜ੍ਹ ਲੁਧਿਆਣਾ ਜਲੰਧਰ ਪਟਿਆਲਾ ਜਿਹੜਾ ਇਹ ਏਰੀਆ ਹੈਗਾ ਇੱਥੇ ਇਹ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿੱਚ ਰੋਡ ਸਾਈਡ ਵੀ ਸਾਨੂੰ ਮਿਲ ਜਾਂਦਾ ਮਤਲਬ ਸਾਡੀ ਧਰਤੀ ਨੂੰ ਇਹ ਸੂਟ ਕਰਦਾ ਹੈਗਾ ਪੰਜਾਬ ਦੀ ਨੂੰ ਹਾਂਜੀ ਅਤੇ ਸਾਡਾ ਅਸੀਂ ਦੇਖਿਆ ਵੀ ਸੀਡ ਇਹਦਾ ਅਸੀਂ ਜਦੋਂ ਗਰੋ ਕਰਦੇ ਉਹਨੂੰ ਨਰਸਰੀ ਵਿੱਚ ਤਾਂ ਘੱਟੋ ਘੱਟ ਇਹਦੇ ਵਿੱਚ ਸਾਨੂੰ ਮਤਲਬ ਕਹਿੰਦਾ 15 ਦਿਨ ਨੂੰ ਭਿਉਣਾ ਪੈਂਦਾ ਪਾਣੀ 'ਚ ਕਾਫੀ ਹਾਰਡ ਹੁੰਦਾ ਮਤਲਬ ਇਹ ਜੀ ਵੀ ਜਿਹੜਾ ਫਰੂਟ ਹੁੰਦਾ ਇਹਦਾ ਹਾਂਜੀ ਫਿਰ 15 ਦਿਨ ਭਿਉਣ ਤੋਂ ਬਾਅਦ 5 ਦਿਨ ਫਿਰ ਅਸੀਂ ਉਹਨੂੰ ਬੋਰੀ 'ਚ ਪਾ ਕੇ ਰੱਖ ਦਿੰਦੇ ਹਾਂ ਬੰਨ ਕੇ ਰੱਖ ਦਿੰਦੇ ਹਾਂ ਜੋ ਲੱਗਦਾ ਹਾਂ ਵੀ ਹੁਣ ਜਰਮੀਨੇਟ ਲਾਇਕ ਆ ਤਾਂ ਉਹਨੂੰ ਥੈਲਿਆਂ 'ਚ ਸਿੱਧਾ ਪਾ ਦਿੰਦੇ ਹਾਂ ਜਾਂ ਮਤਲਬ ਅਸੀਂ ਬੈੱਡ 'ਚ ਬੀਜ ਦਿੰਦੇ ਹਾਂ ਹੁਣ ਅਸੀਂ ਬੈੱਡ 'ਚ ਬੀਜਿਆ ਕਾਫੀ ਵੱਡੀ ਅਮਾਊਂਟ ਅਸੀਂ ਉਹਨਾਂ ਆਪਣੀ ਨਰਸਰੀ 'ਚ ਨੂੰ ਤਿਆਰ ਕੀਤਾ ਹੈਗਾ ਤਾਂ ਇਸ ਤਰ੍ਹਾਂ ਕਰਕੇ ਜਿਹੜਾ ਦਰਖਤ ਆ ਕਾਫੀ ਜ਼ਿਆਦਾ ਵਿਸ਼ਾਲ ਆ ਅਤੇ ਇਹਦੀ ਬਟਰਸ ਰੂਟ ਆ ਜਿਵੇਂ ਸੀਮਲ ਦੀਆਂ ਜੋ ਦੇਖੋ ਜਿੰਨੀ ਰੁੱਖ ਦੀ ਸਮਝਣਾ ਪੈਣਾ ਗੱਲ ਨੂੰ ਜਿੰਨੀ ਰੁੱਖ ਦੀ ਹਾਈਟ ਹੋਊ ਉੱਚੇ ਦਰਖਤ ਹੋਣਗੇ ਉਹਦੀ ਜਿਹੜੀ ਸਪੋਰਟ ਕਰਨ ਵਧੂ ਉਚਾਈ ਨੂੰ ਤਾਂ ਕਿ ਗਿਰੇ ਨਾ ਹਵਾ ਨਾ ਉਹਦੇ ਲਈ ਥੱਲੇ ਜ਼ਮੀਨ 'ਚ ਜਿਹੜੀਆਂ ਬਟਰਸ ਰੂਟ ਆਪਣੀਆਂ ਐਂ ਫੈਲਾਉਂਦਾ ਥੱਲੇ ਨੂੰ ਜੀ ਤਾਂ ਇਹਦੀਆਂ ਰੂਟਸ ਥੱਲੇ ਵੀ ਫੈਲਦੇ ਰਹਿੰਦੇ ਆ ਦੂਰ ਦੂਰ ਤੱਕ ਤਾਂ ਕਿ ਇਹਨੂੰ ਉਹ ਉਤਲੇ ਹਾਈਟ ਨੂੰ ਸੰਭਾਲ ਸਕਣ ਬਟਰਸ ਰੂਟ ਬੋਲਦੇ ਆ ਬੈਲੈਂਸ ਬਣਿਆ ਰਹੇ ਬੈਲੈਂਸ ਬਣਿਆ ਰਹੇ ਉਹ ਰੂਟ ਇਹਦੀਆਂ ਸੀਮਲ ਦੀ ਤਰ੍ਹਾਂ ਜਿੰਨੇ ਰੁੱਖ ਵੱਡੇ ਉਵੇਂ ਬਣਾਉਂਦੇ ਆ ਇਹਦੀਆਂ ਇਹੀ ਰੂਟ ਆ ਜੀ ਮਤਲਬ ਜਿਉਂ ਜਿਉਂ ਵੱਡਾ ਹੁੰਦਾ ਤਿਉਂ ਤਿਉਂ ਰੂਟ ਇਹਦੀਆਂ ਥੱਲੇ ਨੂੰ ਐਂ ਫੈਲਦੀਆਂ ਜਾਂਦੀਆਂ ਜੀ ਅਤੇ ਬਹੁਤ ਹੀ ਜਿਹੜਾ ਬਹੁਤ ਵੱਡੀ ਡੂਮ ਸ਼ੇਪਡ ਕਰਾਊਨ ਇਹਦਾ ਮਤਲਬ ਬਹੁਤ ਹੀ ਵੱਡੀ ਸੰਘਣੀ ਛਾਂ ਦਿੰਦਾ ਮਤਲਬ ਅਤੇ ਬਹੁਤ ਹੀ ਸ਼ਾਨਦਾਰ ਦਰਖਤ ਆ ਹਾਂਜੀ ਤਾਂ ਇਹਨੂੰ ਆਪਾਂ ਨੂੰ ਰੋਡ ਸਾਈਡ ਜਿਹੜਾ ਆਪਣਾ ਹੈਗਾ ਹੋਰ ਵੀ ਪ੍ਰਮੋਟ ਕਰਨਾ ਪੈਣਾ ਆਪਾਂ ਆਉਣ ਵਾਲੇ ਸਮੇਂ ਕੋਲ ਕਾਫੀ ਜਿਹੜੀ ਮੈਡੀਸਨ ਵੈਲਿਊਜ਼ ਬਹੁਤ ਜ਼ਿਆਦਾ ਹੈਗੀ ਹਾਂਜੀ ਅਤੇ ਹੁਣ ਇਹਦੀ ਜਿਹੜੀ ਜਿਹੜਾ ਫਰੂਟ ਹੈਗਾ ਫਰੂਟ ਨੂੰ ਕਿਸੇ ਟਾਈਮ ਐਕਸਪੋਰਟ ਕੀਤਾ ਜਾਂਦਾ ਸੀਗਾ ਮਾਈਰੋਬਲੈਂਸ ਬੋਲਦੇ ਆ ਫਰੂਟ ਨੂੰ ਇਹਨੂੰ ਤਾਂ ਉਹ ਜਿਹੜਾ ਫਰੂਟ ਹੈਗਾ
जिम्मे अपना त्रिफला एक अपना हैगा अपना टॉनिका हाँ जी हाँ जी वो तीन फलों के जोड़े अपना आते हैं सिस्टम वो आंवला हो गया बेहड़ा तो हरड़ तो वो साड़ी डाइजेस्टिव रेस्पिरेटरी सिस्टम वास्ते वरदान आ मतलब साड़ा कोई भी दिक्कत आ जाए हाँ जी तो सब तो पहले आप त्रिफला की आप गल करेंगे थोड़ा की हेल्प करता है एक तो सा पाचन प्रणाली में सू बहुत वधिया हेल्प करता है त्रिफला जो सिरप है तिना का तो वह सू हेल्प करता है साड़ी पाचन प्रणाली में ठीक करने वास्ते उस भुख में बढ़ा बड़ा जबरदस्त तरीके तो वो जो साडे एक मतलब कहता ब्लड सैल जो रेड ब्लड सैल साढ़े है हाँ बॉडी में चाहिए साढ़े वो बढ़ाता है बाकी ब्लड प्रैशर कंट्रोल करता है साढ़े मतलब कहता सारा जोड़ा डाइजेस्टिव सिस्टम साडा है सारा वनू वो मेनटेन रखता है तो साड़ी स्किन लिए बहुत चंगा स्किन के ग्लो न स्किन की सारा सैटिंग रखता है तो साड़ी जी एक्सट्रा जी फैटी सिस्टम आनू भी वो करता है कवर तो इस तरह करके जो है त्रिफला का बाकी जो पर्टिकुलरली यदि गल करिए फ्रूट की बेहड़ा जो फ्रूट लग्या होया हाँ बहुत ही ज़्यादा गुणकारी है जो ये पक्या हुआ फ्रूट आ पक्के हुए फ्रूट ने तो बहुत इंट्रस्टिंग सुनने वाली गल पक्का हुआ फ्रूट तो थोड़ा मतलब कहता थोड़े दस्त में होने जो लूज मोशन रोकूगा थोड़ी डायरिया रोकूगा थोड़े पेट में सैट करूगा जे थोड़ा माइक्रोबल सिस्टम हिल गया ना मतलब हाँ किसी कारण कोई गलत चीज़ खा ली अपना जो कोई बाहरों चीज़ खा ली हाँ जो सिस्टम हिल जे उन्होंने तुम्हें थोड़े लूज मोशन लग जाए थोड़ा मतलब कहता वो थोड़े कंट्रोल करता हूँ कच्चा फल जो इंट्रस्टिंग है बहुत कच्चा फल जो जो बहुत ही क्रॉनिक किसी को मतलब कॉन्स्टिपेशन हो कब्जी हो बहुत जबरदस्त तो उसलिए वो कब्जी खत्म करता बिल्कुल खत्म करता कब्जी मतलब कच्चा पक्का तो कच्चा समझा पैना पक्का जो फ्रूट आ वो साढ़े दस्त को रोकता डायरिया जे अपन लूज मोशन लग जाए तो कच्चा मतलब कहता थोड़ी कॉन्स्टिपेशन खत्म करता कब्जी खत्म करता तो उस जो फल है रेस्पिरेटरी प्रॉब्लम जी है रेस्पिरेटरी सिस्टम जिम्मे मान लो कोई किसी का गला खराब आ किसी के किसी कारण करके आवाज बैठ गई हाँ सिस्टम वो हो गया ज मतलब रेस्पिरेटरी सिस्टम से कोई प्रॉब्लम आ गई उन्होंने ठीक करता है तो ये जो फल आ जोड़ा है सिस्टम फुल जो आता फुल जो आप पलका लाने ये उत्तर उत्ते अखा यह रिलीव कर देता है बहुत ज़्यादा ये भी देखा गया बाकी होर जो दसना चाहेंगे जोड़ा फल कोड भी ठीक करता कोड वर्गी बीमारी ब्लड प्रैशर मेनटेन करके रखता है थोड़े जो फोड़े फिंसियाँ हो जाए भी कंट्रोल करता है इस तरह करके तो यही जरा ही जरा आयुर्वेदिक सिस्टम के जरा जिमें आप त्रिफला होया जिमें फ्रूट का ऊँ भी चूरन बना के भी आपको बर सकते हैं एक होर दसना चाहेंगे जोड़ा ये सिस्टम आ यह तो गुड़ नाल जो आप लवेंगे महीना का 3 ग्राम जो आप ले लीए चूरन बना के फ्रूट का तो 6 ग्राम आप गुड़ ले लीए तो वो जो आप लगातार महीना खावे सा जो नपुंसकता है वो भी ये देखा गया पाया गया सिस्टम के पुराने समय में भी वो चीज़ भी थोड़ा सिस्टम ठीक करता थोड़िया वो नाड़ियाँ जड़िया होंगे उस चीज़ को कंट्रोल करने वास्ते वो भी काफ़ी हेल्प करता महीना यह लगातार जो आप आयुर्वेदिक सिस्टम के नाल आप खाइए तो वो सैट करता है इसलिए जी प्रिस्क्रिप्शन जी है डॉक्टर नाल कंसल्ट करके सारा यह करना पैना तो इसलिए जी जरा बेहड़ा है बाकी होर गल करते जो पशु है जो बड़ा ज्यादा खुश होकर पत्ते खाते एज ए फॉडर भी वरत लें आप हाँ जी तो उस तो बाद जो फल हैगा तो पत्ते है बाकी जो फल बंदर हो गए जंगली हो गए सूर हो गए साडे भालू हो गए बड़ा खुश हो गए पक्कन तो बाद फलों खा लें जंगल जंगल जिते लागे होंगे तो उस तो बाद लकड़ भी ठीक लकड़ है मतलब कहता फर्नीचर के तौर पर भी वरत सकते हैं तो होर भी खेती के संद हो गए पुराने समय में यूज़ करते लोग हाँ इस तरह करते गए जो बेहड़े का रुख है जी बहुत मेडिसिन साढ़े डाइजेस्टिव सिस्टम तो रेस्पिरेटरी सिस्टम वास्ते वरदान आ मतलब ये जो बेहड़े का जरा जरा रुख आ फल यदा है हाँ जी तो इसलिए अपना जी बहुत कीमती रुख आ तो इस भी जरा आप देखो 80% हजे भी डिवेलपिंग कंट्री में हाँ जी तो लोग जोड़े मतलब मेडी दूसरिया मेडिसिन सिस्टम की डिपेंडेंट आ एलोपैथी तो नहीं अपने नुस्खे के डिपेंडेंट आ 80% ही डिवेलपिंग कंट्री के लोग आ सारिया चाहे वह आदिवासी कम्यूनिटीज़ है चाहे गरीब तबके के लोग हजे भी वो मतलब कहता इस तरह का दरख्त बेस सिस्टम जी है 80% लोग इन वरतते हैं दरख्तों आप क्योर करने वास्ते नैचुरल सिस्टम ना तो डिवेलपिंग डिवेल्प कंट्री में डिफरेंट आ वो एलोपैथी ज़्यादा हैगी ये हजे भी साडा जो इंडिया है बहुत क्योंकि बहुत बहुत तरह के रंग रंच आ इतने मतलब बहुत सारिया स्टेटा है हजे भी इन दरख्त में वरत दी हाँ जी इसलिए जोड़ा अपना यह दरख्त हैगा सानू साढ़े जोड़े क्लाइमेट लिए एक तो देखो बहुत संघनी छां बड़ा दरख्त आ सानू अपने रोडा साइड प्रमोट करना पैना बिल्कुल देखो मैं पहला भी कई बार आप गल करते आ रहे सानू देखना पैना असं ला की रहे हैं पंजाब सब तो बड़ी इंपोर्टेंट गल है बिल्कुल जी बिल्कुल देखो आप एक चीज़ क्लीयर है साढ़े मानसा बैल्ट के दरख्त अलग आ सा जी इधरली बैल्ट आ मालवे की रोपड़ मोहाली साइड साड़ी बैल्ट अलग आ इतने इतनी सॉयल होर तरह की आ सू जो इस तरह के दरख्त जिम्मे हरड़ हो गया बेहड़ा हो गया औला हो गया औला तो जो चारे पास कितने भी लाग के चल जाता हरड़ बेहड़ा जो हो गया सूँ यह देखना पैना इधरला एरिया माल मालवे का जो अपना पटियाला लुधियाना
अपना रोपड़ हो गया, इस तरह करके मोहाली इस एरिए यह ढुकमा है। इन्ह की यूनिवर्सिटी में सूँ बड़े बड़े दरख्त लाने पैने, जिनी साड़ी रोड साइड रोड वाइडनिंग जो रोड साइड बनता उस एवन्यू दरख्त के तौर पर लाने पैना। हम जो अच्छ खड़े आप पार्क खड़े हैं, ये पार्क लिए बेस्ट आ, मतलब क्योंकि संघनी सां छां देनी है, तो बहुत खुल के बड़ा पत्ता होने खुल के थोड़ी जी कार्बन को कैप्चर करता, मतलब हाँ जी कार्बन को कंट्रोल करता, मतलब कह सकते एटमोस्फेरिक टैंपरेचर को कंट्रोल करता, तो बहुत वधिया दरख्त आ। जिन्ने पट्टे बदे बड़े पत्ते होंगे उन्ने ये कार्बन ले लूगा, यदि यही तने में हौली हौली वाधा जाना ने। हाँ जी, तो उम्र लंबिया वाले दरख्त आ, मैं कहना हाँ जी। इसलिए असी राउंड ग्लास फाउंडेशन वालों भी भाजी इतने पंजाब आप लगे हुए हैं, इन दरख्तों जंगलों भी ला रहे हैं ता कि ये जे मतलब पंछी भी ये सेवन कर सकने के फलों, तो बंदे भी जिहड़े जिवें आने वाले समय साडा वड्डा प्लैन हैगा वी आयुर्वेद वालों जाना हैगा, साडे सिस्टम नूं लोकां नूं आयुर्वेदिक ढंग नाल असी तरीके नाल ठीक करना हैगा। उस लई साडे कोल मदर स्टॉक होना बहुत जरूरी है, जिवें असी सांझरां नूं बहुत वड्डे लैवल ते प्रमोट कर दांगे, साडे कोल सीड होवे, साडे कोल हर चीज़ होवे, मतलब गवर्नमेंट दा प्लैन भी चल रहा भी मोरिंगा, मतलब हर जिले सानूं रिक्वेस्ट आ रही है मोरिंगा हज़ार हज़ार जां मतलब कहिंदा 5-5 हज़ार मोरिंगा हर जिले च लग रहा ता कि उह एज ए वंडर क्रॉप वंडर क्रॉप आ, मतलब कहता वह मतलब सुपर फूड बोलते हैं। इसी तरह ये दरख्तों के भी साडे कोल मटीरियल होगा, तो जो आयुर्वेदिक डॉक्टर ये कहें भी जो साडे कोल मटीरियल नहीं होगा फिर असीं इकट्ठा कितों करांगे, बिल्कुल। हुण जे पिंड पिंड जंगल होणगे उत्थे सानूं मतलब कहिंदे चीज़ां सारे अवेलेबल होणगे, इहदे लई फ्रूट अवेलेबल होगा, इहदे जो भी चाहिए देखो, तो उस लई सानूं मतलब कहिंदा वध तों वध अपने पंजाब दे सिस्टम विच लिआउणा पैणा, तां कि जिहड़ा साडा जिहड़ा जंगल आ उहनां विच होण ते उह तुसीं फायदा उठा सकीए, बिल्कुल। इस लई आपां भाजी सारे इकट्ठे होईए सारे पंजाब लई, इन्हों दरख्तों को कितने भी होे खेत हो थोड़े सड़क के कंडे हो पार्कों इनू इन दरख्तों को प्रमोट करो, ता कि आपको यह बहुत बड़े लैवल का सूँ यह रिलीफ देंगे, मतलब बिल्कुल हाँ जी। तो शहर की जिन्ना भी सा पोल्यूशन है जिन्ना भी साढ़े नॉइस है ये नॉइस बैरीयर बोलते हैं आप, इसलिए और सारे रल मिल के इकट्ठे हुई इन दरख्तों को प्रमोट करिए आप लाइए। जो थोड़ा किसी को बिहड़िया दरख्त चाहिए साड़ी नर्सरी लंग पेंड आ को कदों मर्जी फ्री ऑफ कॉस्ट तुम कलैक्ट कर सकते, बिल्कुल। सारे धन्यवाद जी, बहुत बहुत धन्यवाद जी। सो दोस्तों अज आपने गल की बिहेड़ा के दरख्त बारे, ये गुणा बारे जाने डॉक्टर रजनीश वर्मा जी तो, जो कि राउंड ग्लास फाउंडेशन मोहाली के जरिए पूरे पंजाब नूं हरा भरा बनाउण दे लई साडे पुरातन रुखां नूं दुबारा जिहड़े जंगल सी उहनां नूं आबाद करन दे लई बड़ा वधिया उपराला कर रहे हैं। हर पिंड दे विच सांझियां थावां दे उत्ते जंगल ला रहे, दरख्त ला रहे, आओ आपां वी इस मुहिम दा हिस्सा बणीए। अगली बारी आपां किसी होर विशे ते गलबात करांगे, वेखदे रहो अरंग पंजाब दे यूट्यूब चैनल। सत श्री अकाल।